1982 ਤੋਂ ਲੈ ਕੇ ਬਣਾਉਂਦੇ ਜੀ ਅਸੀਂ ਇਹ ਕਰਚਾ ਰੀਪਰ। ਹਾਂਜੀ, ਇਹ ਪਹਿਲਾਂ ਅਸੀਂ ਜਿਹੜੀਆਂ ਪੁਲੀਆਂ ਹੁੰਦੀਆਂ ਸੀ ਜੀ ਖੱਟੇ 35 ਦੇ ਟਰੈਕਟਰ ਦੀਆਂ, ਉਹਦੀਆਂ ਅਸੀਂ ਦਿੱਲੀ ਤੋਂ ਪੁਲੀਆਂ ਲਿਆ ਕੇ ਅਸੀਂ ਫਿੱਟ ਕਰਕੇ ਅਸੀਂ ਉਹ ਬਣਾਏ ਨੇ 4 ਸਾਲ। ਫਿਰ ਅਸੀਂ ਉਹ ਡਿਫੈਕਟ ਆਉਣ ਲੱਗ ਗਿਆ, ਫਿਰ ਅਸੀਂ ਆਪਦਾ ਗੇਅਰ ਬਣਵਾ ਲਿਆ ਜੀ 4 ਬੈਰਿੰਗ ਵਾਲਾ, 10 ਸਾਲ ਅਸੀਂ ਉਹ ਚਲਾਇਆ ਜੀ। ਫਿਰ ਅਸੀਂ ਆਪਦਾ 5 ਬੈਰਿੰਗ ਵਾਲਾ ਗੇਅਰ ਬਣਾ ਕੇ ਦਿਨੋਂ ਦਿਨ ਹੁਣ ਅਸੀਂ ਜਿਹੜੀ ਤਕਨੀਕ ਹੈ ਇਹ ਹੈਵੀ ਡਿਊਟੀ ਸਾਡਾ ਗੇਅਰ ਹੈ ਜੀ, ਆਪਦਾ ਖੁਦ ਅਸੀਂ ਗੇਅਰ ਤਿਆਰ ਕਰਦੇ ਹਾਂ, ਉਦੋਂ ਤੋਂ ਹੀ ਕਰ ਰਿਹਾ ਅਸੀਂ ਆਪਦਾ ਗੇਅਰ ਤਿਆਰ। ਸਟੀਲ ਦਾ ਗੇਅਰ ਹੈ ਜੀ, ਹੈਵੀ ਸਟੀਲ ਲਿਆ ਕਰਾ ਰਹੀਆਂ ਨੇ, ਸਾਰਾ ਐਨ ਪੂਰਾ ਵਧੀਆ ਚੀਜ਼ ਹੈ ਜੀ ਸਾਡੀ। ਸੋ ਜੀ ਅਸੀਂ ਰੀਪਰ ਬਹੁਤ ਲੱਗੇ ਯੂਪੀ ਤੱਕ ਚਲਾਏ ਰੀਪਰ ਇਹਨਾਂ ਦੇ ਜੀ, ਅਤੇ ਸਾਡੇ ਕੋਈ ਦਿੱਕਤ ਨਹੀਂ ਆਈ ਕਦੇ ਵੀ। ਇਹਨਾਂ ਸਾਨੂੰ ਇਹ ਕਿਹਾ ਸੀਗਾ ਵੀ ਜੇ ਤੁਹਾਨੂੰ ਕੋਈ ਦਿੱਕਤ ਆਵੇ ਤਾਂ ਅਸੀਂ ਯੂਪੀ ਆ ਕੇ ਗੇਅਰ ਤੁਹਾਡਾ ਬਦਲ ਕੇ ਆਵਾਂਗੇ, ਰੀਪਰ ਤੁਹਾਡੇ ਦਾ ਜੋ ਕੁਛ ਕਰਕੇ ਆਵਾਂਗੇ, ਟੁੱਟ ਫੁੱਟ ਸਭ ਕਰਕੇ ਆਵਾਂਗੇ। ਪਰ ਸਾਡੇ ਹੋਈ ਨਹੀਂ ਜੀ ਤੀਜਾ ਟਰੈਕਟਰ ਬਦਲਦਾ ਇਸ ਰੀਪਰ 'ਤੇ ਜੀ, ਸਾਡੇ ਤਾਂ ਬਹੁਤ ਵਧੀਆ ਚੱਲਦੇ। ਇੱਥੋਂ ਰੀਪਰ ਤਾਂ ਅਸੀਂ 2 ਲਏ ਸੀਗੇ ਜੀ ਉਸ ਵੇਲੇ, ਇਹ ਹੋ ਗਿਆ ਤਕਰੀਬਨ 7-8 ਸਾਲ ਪੁਰਾਣਾ ਹੋ ਗਿਆ ਜੀ ਰੀਪਰ, ਅਤੇ ਉਦੋਂ ਦਾ ਇਹੀ ਚੱਲ ਰਿਹਾ ਬਹੁਤ ਵਧੀਆ ਤਰੀਕੇ ਨਾਲ, ਕੋਈ ਪਰੇਸ਼ਾਨੀ ਨਹੀਂ ਕਿਸੇ ਗੱਲ 'ਤੇ। ਕਿਸਾਨ ਪ੍ਰਭੋ ਸਤਿ ਸ਼੍ਰੀ ਅਕਾਲ, ਵਰਕਵੇ ਚੈਨਲ 'ਤੇ ਨਵੇਂ ਵੀਡੀਓ ਦੇ ਨਾਲ ਤੁਹਾਡਾ ਸਵਾਗਤ ਹੈ। ਕਿਸਾਨ ਪ੍ਰਭੋ, ਅੱਜ ਆਪਾਂ ਹੈਗੇ ਹਾਂ ਜ਼ਿਲ੍ਹਾ ਬਰਨਾਲਾ ਦੇ ਧਨੌਲਾ ਮੰਡੀ ਵਿੱਚ, ਆਪਾਂ ਨਿਊ ਦਸ਼ਮੇਸ਼ ਐਗਰੀਕਲਚਰਲ ਵਰਕਸ, ਇਹ ਜਿਹੜੀ ਸਭ ਤੋਂ ਪੁਰਾਣੀ ਕਰਚਾ ਰੀਪਰ ਬਣਾਉਣ ਵਾਲੀ ਇੰਡਸਟਰੀ ਦੱਸੀ ਜਾਂਦੀ ਹੈ, ਆਪਾਂ ਗੱਲਬਾਤ ਕਰਾਂਗੇ ਜਿਹੜੇ ਇਸ ਇੰਡਸਟਰੀ ਦੇ ਮਾਲਕ ਨੇ ਮਿਸਤਰੀ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਆਪਾਂ ਕਰਚਾ ਰੀਪਰ ਇੱਥੇ ਬਣਦੇ ਦੇਖ ਸਕਦੇ ਹਾਂ। ਸਾਰੀ ਜਿਹੜੀ ਇੰਡਸਟਰੀ ਦੇ ਵਿੱਚ ਕਰਚਾ ਰੀਪਰ ਇੱਥੇ ਤਿਆਰ ਕੀਤੇ ਜਾਂਦੇ ਆ, ਇੱਥੇ ਦੇਖ ਸਕਦੇ ਹਾਂ ਇਹ ਜਿਹੜੇ ਬਾਹਰ ਕਰਚਾ ਰੀਪਰ ਬਣਾ ਕੇ ਰੱਖੇ ਆ ਅਤੇ ਕੁਛ ਕਰਚਾ ਰੀਪਰ ਜਿਹੜੇ ਹੈਗੇ ਇਹਨਾਂ ਨੂੰ ਲਿਜਾਇਆ ਜਾ ਰਿਹਾ। ਇੱਧਰ ਆਪਾਂ ਦੇਖ ਸਕਦੇ ਇੱਕ ਰਿਪੇਅਰ ਹੋ ਰਹੀ ਹੈ ਕਰਚਾ ਰੀਪਰ ਦੀ, ਜਿਹੜੇ ਹੈਗੇ ਬੈਲਡਰ ਜਿਹੜੇ ਕੰਮ ਕਰ ਰਹੇ ਉਹ ਵੀ ਆਪਾਂ ਦੇਖ ਸਕਦੇ ਹਾਂ। ਇੱਧਰ ਜਿਹੜੇ ਨਵੇਂ ਬਣ ਰਹੇ ਕਰਚਾ ਰੀਪਰ ਆਪਾਂ ਚਾਰੋਂ ਤਰਫ ਦੇਖ ਸਕਦੇ ਹਾਂ। ਆਪਾਂ ਚੱਲਦੇ ਹਾਂ ਦਫ਼ਤਰ ਦੇ ਅੰਦਰ, ਦਫ਼ਤਰ ਦੇ ਅੰਦਰ ਸਾਰੀ ਗੱਲਬਾਤ ਕਰਦੇ ਹਾਂ, ਸਾਰੀ ਜਾਣਕਾਰੀ ਕਿਸਾਨ ਪ੍ਰਭੋ ਆਪਾਂ ਪ੍ਰਾਪਤ ਕਰਦੇ ਹਾਂ ਇੱਥੇ ਕਿਵੇਂ ਜਿਹੜੇ ਹੈਗੇ ਕਰਚਾ ਰੀਪਰ ਤਿਆਰ ਕੀਤੇ ਜਾਂਦੇ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਸਾਰੇ ਕਿਸਾਨ ਭਰਾਵਾਂ ਨੂੰ ਜੀਓ ਐਂ ਕਹਿਣਾ ਤੁਹਾਨੂੰ, ਅਤੇ ਬਾਕੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਕਿਸਾਨ ਭਰਾਵਾਂ ਨੂੰ ਤੁਸੀਂ ਆਪਣਾ ਨਾਮ ਦੱਸਿਓ। ਮੇਰਾ ਨਾਮ ਬਲਜੀਤ ਸਿੰਘ ਹੈ ਜੀ, ਸਾਡੇ ਫਾਦਰ ਸਾਹਿਬ ਦਾ ਨਾਮ ਹਰਦੇਵ ਸਿੰਘ ਹੈ ਜੀ। ਬਲਜੀਤ ਸਿੰਘ ਜੀ, ਤੁਸੀਂ ਨਾ ਇਹ ਕਰਚਾ ਰੀਪਰ ਤਿਆਰ ਕਰਦੇ ਹੋ, ਹੋਰ ਵੀ ਖੇਤੀਬਾੜੀ ਦੇ ਸੰਦ ਤਿਆਰ ਕਰਦੇ ਹੋ, ਇਹ ਇੱਕ ਬਹੁਤ ਹੀ ਵਧੀਆ ਹੈਵੀ ਡਿਊਟੀ ਕਰਚਾ ਰੀਪਰ ਤਿਆਰ ਕਰਦੇ ਹੋ, ਇਹਦਾ ਕੀ ਕਾਰਨ ਹੈ? ਸਾਡਾ ਇਹ ਬਹੁਤ ਚਿਰ ਤੋਂ ਪੁਰਾਣੇ ਅਸੀਂ ਬਣਾਉਂਦੇ ਹਾਂ ਜੀ, 1982 ਤੋਂ ਲੈ ਕੇ ਬਣਾਉਂਦੇ ਹਾਂ ਜੀ ਅਸੀਂ ਇਹ ਕਰਚਾ ਰੀਪਰ। ਹਾਂਜੀ, ਇਹ ਪਹਿਲਾਂ ਅਸੀਂ ਜਿਹੜੀਆਂ ਪੁਲੀਆਂ ਹੁੰਦੀਆਂ ਸੀ ਜੀ ਖੱਟੇ 35 ਦੇ ਟਰੈਕਟਰ ਦੀਆਂ, ਉਹਦੀਆਂ ਅਸੀਂ ਦਿੱਲੀ ਤੋਂ ਪੁਲੀਆਂ ਲਿਆ ਕੇ ਅਸੀਂ ਫਿੱਟ ਕਰਕੇ ਅਸੀਂ ਉਹ ਬਣਾਏ ਨੇ 4 ਸਾਲ। ਫਿਰ ਅਸੀਂ ਉਹ ਡਿਫੈਕਟ ਆਉਣ ਲੱਗ ਗਿਆ, ਫਿਰ ਅਸੀਂ ਆਪਦਾ ਗੇਅਰ ਬਣਵਾ ਲਿਆ ਜੀ 4 ਬੈਰਿੰਗ ਵਾਲਾ, 10 ਸਾਲ ਅਸੀਂ ਉਹ ਚਲਾਇਆ ਜੀ। ਫਿਰ ਅਸੀਂ ਆਪਦਾ 5 ਬੈਰਿੰਗ ਵਾਲਾ ਗੇਅਰ ਬਣਾ ਕੇ ਦਿਨੋਂ ਦਿਨ ਹੁਣ ਅਸੀਂ ਜਿਹੜੀ ਤਕਨੀਕ ਹੈ ਇਹ ਹੈਵੀ ਡਿਊਟੀ ਸਾਡਾ ਗੇਅਰ ਹੈ ਜੀ, ਆਪਦਾ ਖੁਦ ਅਸੀਂ ਗੇਅਰ ਤਿਆਰ ਕਰਦੇ ਹਾਂ, ਉਦੋਂ ਤੋਂ ਹੀ ਕਰ ਰਿਹਾ ਅਸੀਂ ਆਪਦਾ ਗੇਅਰ ਤਿਆਰ। ਸਟੀਲ ਦਾ ਗੇਅਰ ਹੈ ਜੀ, ਹੈਵੀ ਸਟੀਲ ਲਿਆ ਕਰਾ ਰਹੀਆਂ ਨੇ, ਸਾਰਾ ਐਨ ਪੂਰਾ ਵਧੀਆ ਚੀਜ਼ ਹੈ ਜੀ ਸਾਡੀ। ਮਤਲਬ ਤੁਹਾਡੇ ਜਿਹੜੇ ਨੁਕਸਾਨ ਕਰਕੇ ਤਜਰਬੇ ਹੋਏ ਵੇ ਨੇ, ਫਿਰ ਤੁਸੀਂ ਮਸ਼ੀਨ ਜਿਹੜੀ ਕਾਬਲੇ ਤਰੀਫ ਬਣਾਈ ਹੈ। ਮੈਂ ਕਿਹਾ ਜੀ 100% ਇਹ ਸਾਡੀ ਕੁਆਲਿਟੀ, ਹੁਣ ਤੱਕ ਅਸੀਂ ਸਿੱਖ ਕੇ ਇਹ ਨਹੀਂ ਕੁਆਲਿਟੀ ਬਣਾਈ ਹੈ ਜੀ, ਬਹੁਤ ਕੁਛ ਸਿੱਖਿਆ, ਬਹੁਤ ਕੁਛ ਕਿਸਾਨ ਵੀਰਾਂ ਨੇ ਸਾਨੂੰ ਦੱਸਿਆ ਵੀ ਇਹਦੇ 'ਚ ਆਹ ਘਾਟ ਹੈ, ਅਸੀਂ ਉਹ ਹੁਣ ਤੱਕ ਪੂਰੀ ਕਰਦੇ ਹਾਂ ਸਾਰੀ। ਅਸੀਂ ਆਪ ਖੁਦ ਉੱਥੇ ਜਾ ਕੇ, ਮੈਂ ਖੁਦ ਜਾ ਕੇ ਬਾਹਰ ਅਤੇ ਰਿਪੇਅਰ ਕਰਕੇ ਆਉਂਦੇ ਰਹੇ ਹਾਂ, ਜਾਂ ਕੋਈ ਕਿਸੇ ਗੱਲ ਦਾ ਕੋਈ ਡਿਫੈਕਟ ਹੁੰਦਾ ਸੀ ਉਹ ਸੈੱਟ ਕਰਦੇ ਰਹੇ ਹਾਂ। ਟਰੈਕਟਰ ਲੋਡ ਮੰਨਦਾ, ਚੱਕਰ ਵੱਧ ਘੱਟ ਜੋ ਵੀ ਗੱਲਬਾਤ ਸਾਨੂੰ ਕਿਸਾਨ ਵੀਰ ਕਹਿੰਦੇ ਸੀ, ਅਸੀਂ ਉਹਨਾਂ ਦੀ ਪ੍ਰੋਬਲਮ ਹੱਲ ਕਰਦੇ ਰਹੇ ਹਾਂ ਜੀ, ਉੱਥੇ ਜਾ ਕੇ ਪਹੁੰਚ ਕੇ ਆਪਦੇ ਅਗਲੇ ਦੇ ਖੇਤ 'ਚ ਜਾ ਕੇ। ਹਾਂਜੀ, ਇਹ ਕਰਚਾ ਰੀਪਰ ਦੇ ਜਿਹੜਾ ਤੁਸੀਂ ਗੇਅਰ ਫਿੱਟ ਕਰਦੇ ਹੋ, ਤੁਸੀਂ ਦੱਸ ਦਿਓ ਆਪ ਦਾ ਬਣਾਇਆ ਗੇਅਰ ਫਿੱਟ ਕਰਦੇ ਹਾਂ, ਇਹਦੇ ਵਿੱਚ ਗਰਾਰੀਆਂ ਜਿਹੜੀਆਂ ਹੈਗੀਆਂ ਸਟੀਲ ਦੀਆਂ ਗਰਾਰੀਆਂ ਹੁੰਦੀਆਂ ਜਾਂ ਸਿੰਪਲ ਗਰਾਰੀਆਂ? ਬਿਲਕੁਲ ਸਟੀਲ ਦੀਆਂ ਗਰਾਰੀਆਂ ਜੀ, ਪਹਿਲੇ ਸ਼ੁਰੂ ਤੋਂ ਹੀ ਅਸੀਂ ਇਹ ਡਿਸਪੋਜਲ ਗਰਾਰੀ ਪਾਉਂਦੇ ਹਾਂ ਜੀ, ਬਿਲਕੁਲ ਜਿਹੜੀ ਹਾਈ ਸਟੀਲ ਹੁੰਦਾ ਜੀ, ਜਿਹੜੀ ਆਮ ਸਟੀਲ ਦੀ ਗਰਾਰੀ ਹੁੰਦੀ ਹੈ ਜੀ, ਉਹ ਤਾਂ ਹੁੰਦੀ ਹੈ ਤਿਆਰ ਕਰੀ ਹੋਈ, ਇੱਕ ਲੁਧਿਆਣਾ ਮੇਡ ਹੁੰਦੀ ਹੈ ਜੀ, ਜਿਹੜੀ ਇਹ ਓਰਿਜਨਲ ਗਰਾਰੀ ਹੁੰਦੀ ਹੈ ਜੀ ਬਿਲਕੁਲ, ਅਤੇ ਇਹ ਅਸੀਂ ਗਰਾਰੀ ਪਾਉਂਦੇ ਹਾਂ ਜੀ। ਅਸੀਂ ਆਮ ਇਹ ਆਪਣੇ ਇੱਥੋਂ ਨਹੀਂ ਮਿਲਦੀਆਂ, ਇਹ ਬਾਹਰੋਂ ਮੰਗਵਾਉਂਦੇ ਹਾਂ ਜੀ, ਅਸੀਂ ਬਾਹਰੋਂ ਮੰਗਾ ਕੇ ਅਸੀਂ ਇੱਥੋਂ ਪੰਜਾਬ 'ਚੋਂ ਨਹੀਂ ਮਿਲਦੀਆਂ ਜੀ, ਇਹ ਪੰਜਾਬ ਤੋਂ ਬਾਹਰੋਂ ਆਉਂਦੀਆਂ ਨੇ, ਉੱਥੋਂ ਅਸੀਂ ਸਾਡਾ ਕਨੈਕਟ ਹੈ ਬਹੁਤ ਚਿਰ ਦਾ, ਉਹਨਾਂ ਨਾਲ ਅਸੀਂ ਗਰਾਰੀਆਂ ਮੰਗਾ ਕੇ ਅਸੀਂ ਇਹਨਾਂ ਨੂੰ ਜਾਣੀ ਪਾ ਕੇ ਕਿਸਾਨ ਵੀਰਾਂ ਨੂੰ ਟਰੈਕਟਰ ਦੇ ਹਿਸਾਬ ਨਾਲ, ਜਿਵੇਂ ਜੌਂਡੀਅਰ ਵਗੈਰਾ ਹੈ ਜਾਂ ਅਰਜਨ ਹੈ ਜੀ ਜਾਂ ਹਾਉਲੈਂਡ ਹੈ, ਜਿਹੜੇ ਹਿਸਾਬ ਨਾਲ ਟਰੈਕਟਰ ਜਿਹੜਾ ਮਾਡਲ ਹੈ ਜੀ, ਜਿਹੜੇ ਟਾਇਰ ਨੇ, ਕਿੰਨੀ ਰੀਪਰ ਦੀ ਚੜਾਈ ਹੈ, ਉਹਦੇ ਹਿਸਾਬ ਨਾਲ ਇਹ ਗਰਾਰੀ ਪੈਂਦੀ ਹੈ। ਇਹ ਨਹੀਂ ਹੈਗਾ ਵੀ ਆਪਾਂ ਆਹ ਟਰੈਕਟਰ ਮਗਰ ਇਹੀ ਪਾਉਣੀ ਹੈ, ਆਹ ਟਰੈਕਟਰ ਮਾਰ ਸਾਰਿਆਂ ਦੀ ਇੱਕ ਨਹੀਂ ਪੈਂਦੀ ਜੀ, ਅੱਡੋ ਅੱਡੀ ਟਾਇਰਾਂ ਦੀ 16 ਟਾਇਰ ਨੇ, 14 ਟਾਇਰ ਨੇ, ਉਹਦੇ ਹਿਸਾਬ ਨਾਲ ਸਾਰਾ ਅਸੀਂ ਤਿਆਰ ਕਰਕੇ ਦਿੰਦੇ ਜੀ।
ਬਲਜੀਤ ਸਿੰਘ ਤੁਹਾਡਾ ਰੀਪਰ ਨਾ ਵਧੀਆ ਹੋਣ ਦੇ ਕਾਰਨ ਡਿਮਾਂਡ ਕਾਫੀ ਹੈ ਕੀ ਤੁਸੀਂ ਰੀਪਰ ਇੰਨਾ ਤਿਆਰ ਕਰ ਪਾਉਂਦੇ ਹੋ ਮਤਲਬ ਜਿੰਨਾ ਤੁਹਾਡੇ ਕੋਲ ਆਰਡਰ ਆਉਂਦਾ ਸਰ ਜੀ ਸਾਡਾ ਨਾ ਜਦੋਂ ਜੀਰੀ ਹਜੇ ਲੱਗੀ ਨਹੀਂ ਹੁੰਦੀ ਜੀਰੀ ਲੱਗਣ ਤੋਂ ਪਹਿਲਾਂ ਹੀ ਸਾਨੂੰ ਪੰਜਵੇਂ ਛੇਵੇਂ ਮਹੀਨੇ 'ਚ ਅਸੀਂ ਕੰਮ ਇਹਦਾ ਗੇਰਾਂ ਦਾ ਸਟਾਰਟ ਕਰ ਦਿੰਦੇ ਹਾਂ ਉਦੋਂ ਤੋਂ ਲੈ ਕੇ ਹੁਣ ਤੱਕ ਸਾਡਾ ਰੂਟੀਨ ਜਦੋਂ ਹੁਣ ਸਾਡੀ ਸਪੀਡ ਬਣੀ ਹੁੰਦੀ ਹੈ ਕੰਮ ਦੀ ਗੇਅਰ ਬਣਨ ਦੀ ਹੁਣ ਅਸੀਂ ਸਾਰਾ ਐਨ ਉਦੋਂ ਭੁਗਤਾ ਦਿੰਦੇ ਹਾਂ ਸਾਨੂੰ ਪਤਾ ਹੁੰਦਾ ਅਸੀਂ ਇੱਕ ਟਾਰਗੇਟ ਲੈ ਕੇ ਚੱਲਦੇ ਹਾਂ ਵੀ ਆਹ ਸੀਜ਼ਨ ਦਾ ਆਪਾਂ ਇੰਨਾ ਰੀਪਰ ਤਿਆਰ ਕਰਨਾ ਹੈ ਉਹਨਾਂ ਅਸੀਂ ਤਿਆਰ ਕਰਕੇ ਆਏ ਸਾਲ ਦਿੰਦੇ ਹਾਂ ਆਏ ਸਾਨੂੰ ਜਾਣੀ ਰੂਟੀਨ ਦੇ ਵਿੱਚ ਆਏ ਸਾਲ ਇਹ ਤਿਆਰ ਕਰਨ ਦਾ ਮੌਕਾ ਮਿਲਦਾ ਕਿਸਾਨ ਵੀਰਾਂ ਦਾ ਜਿਨ੍ਹਾਂ ਨੇ ਸਾਥੋਂ ਰੀਪਰ ਲਏ ਨੇ ਚਲਾਏ ਨੇ ਬਹੁਤ ਧੰਨਵਾਦ ਕਰਦੇ ਹਾਂ ਵੀਰ ਜਿਹੜੇ ਚੈਨਲ ਦੇਖ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਜੀ ਇੱਕ ਨਾ ਤੁਸੀਂ ਹੋਰ ਦੱਸੋ ਇਸ ਵਾਰੀ ਕੋਈ ਨਵੀਂ ਤਕਨੀਕ ਦਾ ਕੁਛ ਬਣਾਇਆ ਹੋਵੇ ਜਿਹੜਾ ਕਿਸਾਨਾਂ ਦੇ ਲਾਭਦਾਇਕ ਹੋਵੇ ਅਸੀਂ ਸਾਈਡ 'ਤੇ ਸਾਨੂੰ 4 ਸਾਲ ਹੋ ਗਏ ਜੀ ਸਾਈਡਾਂ 'ਤੇ ਪਲੇਟਾਂ ਲਾ ਕੇ ਅਸੀਂ ਸਾਈਡ 'ਤੇ ਜਿਹੜੀ ਟਰਾਲੀ ਦਾ ਫਰਸ਼ ਹੁੰਦਾ ਜੀ ਉਹ ਪਲੇਟ 'ਚੋਂ ਕਟਾ ਕੇ ਅਸੀਂ ਆਪ ਪਹਿਲਾਂ ਖੁਦ ਕੱਟਦੇ ਰਹੇ ਹਾਂ ਹੁਣ ਅਸੀਂ ਲੇਜ਼ਰ ਕਟਿੰਗ ਕਰਾਉਂਦੇ ਹਾਂ ਜੀ ਲੇਜ਼ਰ ਕਟਿੰਗ ਕਰਕੇ ਅਸੀਂ ਸਾਰਾ ਉਹਦੇ ਨਾਲ ਅਸੀਂ ਸਾਈਡ ਤਿਆਰ ਕਰਦੇ ਹਾਂ ਸਾਰਾ ਇੱਕ ਪੀਸ ਹੁੰਦਾ ਜੀ ਸਿੰਗਲ ਪਿੰਡ ਪਾ ਕੇ ਆਪਾਂ ਥੱਲੇ ਦੇ ਉੱਪਰ ਅੱਡ ਫਰੇਮ ਨਾਲ ਅਲੱਗ ਅਲੱਗ ਨਹੀਂ ਕਰਦੇ ਸਾਰਾ ਇੱਕ ਪੀਸ ਤਿਆਰ ਕਰਕੇ ਉੱਪਰ ਚਾਦਰ ਲਾ ਕੇ ਸਾਰੀ ਪਲੇਟ ਸਾਈਡਾਂ 'ਤੇ ਲਾ ਕੇ ਜੀ ਅਸੀਂ ਤਿਆਰ ਕਰਦੇ ਹਾਂ ਬਾਕੀ ਜਿਹੜੀ ਨਵੇਂ ਮਾਡਲ ਦੇ ਵਿੱਚ ਤੁਸੀਂ ਕਹਿੰਦੇ ਹੋ ਅਸੀਂ ਮੂਹਰੇ ਚੈਨਲ 4 ਦਾ ਮੂਹਰੇ ਫਰੰਟ 'ਤੇ ਲਾਉਂਦੇ ਹਾਂ ਜੀ ਜਿਹੜਾ ਚੈਨਲ ਦਾ ਮਕਸਦ ਇਹ ਹੈ ਵੀ ਜਿਹੜੀ ਇਹ ਆਪਾਂ ਵਾਈਬ੍ਰੇਸ਼ਨ ਹੁੰਦੀ ਹੈ ਰੀਪਰ ਦੇ ਵਿੱਚ ਜਿੱਦਾਂ ਕੋਈ ਬਿਲਕੁਲ ਬੈਲੈਂਸ ਅਸੀਂ ਕੱਢ ਕੇ ਦਿੰਦੇ ਹਾਂ ਜੀ ਜਿਹੜੀ ਥੱਲੇ ਇਹਦੀ ਚੱਲਦੀ ਹੈ ਕੈਂਚੀ ਕਹਿ ਦਿੰਦੇ ਆਪਾਂ ਨੂੰ ਦਾਤੀ ਕਹਿ ਲਓ ਜਿਹਦੇ ਆਪਾਂ ਛੁਰੀਆਂ ਬਲੇਡ ਕੱਸਦੇ ਹਾਂ ਟੋਕੇ ਕੱਸਦੇ ਹਾਂ ਦੋਨੇ ਚੀਜ਼ਾਂ ਲੱਗਦੀਆਂ ਨੇ ਸਾਡੀਆਂ ਬਲੇਡ ਵੀ ਲੱਗਦੇ ਆ ਛੁਰੀਆਂ ਅਤੇ ਟੋਕੇ ਵੀ ਲੱਗਦੇ ਆ ਅਤੇ ਉਹਦਾ ਅਸੀਂ ਬੈਲੈਂਸ ਕੱਢ ਕੇ ਪੂਰੀ ਐਨ ਐਕੋਰੇਸੀ ਦੇ ਵਿੱਚ ਅਸੀਂ ਬਣਾਉਂਦੇ ਹਾਂ ਮੈਂ ਆਪ ਖੁਦ ਤਿਆਰ ਕਰਦਾ ਜੀ ਅਤੇ ਉਸ ਤੋਂ ਬਾਅਦ ਜਿਹੜੀ ਇਹ ਜਾਣੀ ਕੈਂਚੀ ਹੁੰਦੀ ਹੈ ਜੀ ਜੇ ਫਿਰ ਵੀ ਕੋਈ ਵੀਰ ਜਿਵੇਂ ਹੁਣ ਛੁਰੀ ਘਸੀ ਲਾ ਆਉਂਦਾ ਇੱਕ ਪਾਸੇ ਨਵੀਂ ਲਾ ਆਉਂਦਾ ਉਹਦੇ ਵਿੱਚ ਬੈਲੈਂਸ ਪੈ ਜਾਂਦਾ ਮਾੜਾ ਮੋਟਾ ਉਹਦੇ ਖਾਤਰ ਜੇ ਅਸੀਂ ਮੂਹਰੇ ਚੈਨਲ ਲਾਇਆ ਹੈਗਾ 4-2 ਦਾ ਉਹਨੂੰ ਐਡਜਸਟ ਕਰਦਾ ਹੈ ਉਹ ਬੈਲੈਂਸ ਹੈ ਜਿਹੜਾ ਉਹ ਧੜਕੇ ਨਹੀਂ ਮਾਰਦਾ ਚੈਨਲ ਦੀ ਮਜ਼ਬੂਤੀ ਇੰਨੀ ਹੁੰਦੀ ਹੈ ਵੀ ਜਿਹੜੇ ਟਰੈਕਟਰ ਮਗਰ ਚੱਲਦਾ ਉਹ ਜਦੋਂ ਉਹ ਵਾਈਬ੍ਰੇਸ਼ਨ ਨਹੀਂ ਦਿੰਦਾ ਰੀਪਰ ਥੋੜ੍ਹੀ ਵਾਢੀ ਸਾਫ਼ ਕਰਦਾ ਐਂ ਨਹੀਂ ਹੈਗਾ ਵੀ ਕਾਂਬਲੇ ਬੋਲੇ ਜੇ ਕਰ ਜੂਗਾ ਛੱਡ ਜੂਗਾ ਕਰਚੇ ਬਿਲਕੁਲ ਨਹੀਂ ਛੱਡਦਾ ਜੀ ਸਾਡੀ ਜ਼ਿੰਮੇਵਾਰੀ ਹੈ ਬਾਕੀ ਉੱਚਾਈ ਅਸੀਂ ਇਹਦੀ 1.5 ਇੰਚ ਰੱਖਦੇ ਹਾਂ 1.5 ਇੰਚ ਉੱਚਾਈ ਰੱਖ ਕੇ ਉਦੋਂ ਬਾਅਦ ਅਸੀਂ ਥੱਲੇ ਗੇਅਰ ਦੇ ਪੱਤੀਆਂ ਦੇ ਦਿੰਦੇ ਹਾਂ ਜੀ ਥੋੜ੍ਹਾ ਜਿਹਾ ਉੱਚਾ ਕਰ ਦਿੰਦੇ ਹਾਂ ਨਵੀਂ ਜਦੋਂ ਤਿਆਰ ਕਰਦੇ ਹਾਂ ਉਦੋਂ ਬਾਅਦ ਜਿਹੜੇ ਵੀਰ ਗੰਢਾਂ ਬੰਨ੍ਹਦੇ ਨੇ ਗੰਢਾਂ 'ਤੇ ਚਲਾਉਂਦੇ ਨੇ ਰੀਪਰ ਉਹ ਪੱਤੀਆਂ ਕੱਢ ਵੀ ਦਿੰਦੇ ਨੇ ਕਿ ਉਹਨਾਂ ਨੂੰ ਪਰਾਲੀ ਦੀ ਵੱਧ ਲੋੜ ਹੁੰਦੀ ਹੈ ਉਹ ਨੀਵਾਂ ਰੱਖਦੇ ਨੇ ਥੋੜ੍ਹਾ ਜਿਹਾ ਜਿਹੜੇ ਵੀਰਾਂ ਨੇ ਵਿੱਚ ਵਾਹੁਣਾ ਹੈ ਪਰਾਲੀ ਵਿੱਚ ਵਾਹੁਣੀ ਹੈ ਜਾਂ ਜਿਵੇਂ ਕੋਈ ਕਿਸੇ ਦਾ ਉਹ ਹੁੰਦਾ ਉਹ ਜਿਵੇਂ ਅਗਲਾ ਵਰਤ ਲੈਂਦਾ ਉਹਨੂੰ ਚਲਾ ਲੈਂਦਾ ਟਰੈਕਟਰ ਸੌਖਾ ਰਹਿੰਦਾ ਉਹਦੇ ਨਾਲ ਡੀਜ਼ਲ ਖਰਚਾ ਘੱਟਦਾ ਜੀ ਬਾਕੀ ਗਰੰਟੀ ਆਪਣੀ ਫੁੱਲ ਹੁੰਦੀ ਹੈ ਰੀਪਰ ਦੀ ਹਾਂਜੀ ਤੁਸੀਂ ਨਾ ਜਿਹੜੀਆਂ ਹੈਗੀਆਂ ਸਾਰੀਆਂ ਦਿੱਕਤਾਂ ਇਹਦੀਆਂ ਦੂਰ ਕੀਤੀਆਂ ਹੋਈਆਂ ਦੱਸ ਰਹੇ ਹੋ ਕਿ ਕਿਸੇ ਕਿਸਮ ਦੀ ਜਿਹੜੀ ਹੈ ਕਿਸਾਨ ਨੂੰ ਪਰੇਸ਼ਾਨੀ ਨਹੀਂ ਆਉਂਦੀ ਬਾਈ ਦੇ ਵੇ ਫਿਰ ਵੀ ਕਿਤੇ ਦੂਰ ਨੇੜੇ ਕੋਈ ਜਿਹੜਾ ਕਿਸਾਨ ਭਰਾ ਹੈਗਾ ਰੀਪਰ ਲੈ ਕੇ ਗਿਆ ਕੋਈ ਦਿੱਕਤ ਆ ਜਾਈਏ ਤਾਂ ਤੁਸੀਂ ਉੱਥੇ ਜਾ ਕੇ ਰਿਪੇਅਰ ਕਰਦੇ ਹੋ ਜਾਂ ਤੁਸੀਂ ਇੱਥੇ ਬੁਲਾਉਂਦੇ ਹੋ ਜਾਂ ਕੋਈ ਮਿਸਤਰੀ ਭੇਜ ਦਿਓ ਕਿਵੇਂ ਕਰਦੇ ਹੋ ਅਸੀਂ ਆਪ ਖੁਦ ਜਾਂਦੇ ਹਾਂ ਜੀ ਸਾਡੇ ਕੋਲ ਗੱਡੀ ਆਪਦੀ ਜਿਵੇਂ ਹੁਣ ਰੀਪਰ ਸਾਡੇ ਪਰਸੋਂ ਰੀਪਰ ਸਾਨੂੰ ਫੋਨ ਆ ਗਿਆ ਜੀ ਭੇਵੇ ਕੰਨੀ ਸਾਡੇ ਇੱਧਰ ਏਰੀਏ 'ਚ ਰੀਪਰ ਚੱਲ ਪਏ ਜੀ ਭੀਖੀ ਤੋਂ ਸਾਡੇ ਰੀਪਰ ਲੈ ਗਏ ਸੀ ਉਹਨਾਂ ਨੇ ਰੀਪਰ ਚਲਾ ਲਏ ਉਹ ਕਹਿੰਦੇ ਅਸੀਂ ਵਾਹਣ ਵੱਢ ਲਿਆ ਵੀ ਬਹੁਤ ਸਹੀ ਚੱਲਦੇ ਨੇ ਅਤੇ ਉਹ ਸਾਨੂੰ ਫੋਨ ਕਰਦੇ ਨੇ ਵੀ ਬਹੁਤ ਵਧੀਆ ਚੱਲਦਾ ਜੀ ਅਤੇ ਉਸ ਤੋਂ ਬਾਅਦ ਜੀ ਜੇ ਕੋਈ ਉੱਧਰ ਕੋਈ ਡਿਫੈਕਟ ਕਿਸੇ ਗੱਲ ਦਾ ਪੈਂਦਾ ਜੀ ਜਿੱਥੇ ਮਰਜ਼ੀ ਪਵੇ ਅੰਮ੍ਰਿਤਸਰ ਜੰਡਿਆਲਾ ਹੁਣ ਸਾਡੇ ਕੱਲ੍ਹ 2 ਰੀਪਰ ਗਏ ਨੇ ਜੀ ਜੰਡਿਆਲੇ ਅਤੇ ਅਸੀਂ ਕੋਈ ਡਿਫੈਕਟ ਪੈਂਦਾ ਅਸੀਂ ਉੱਥੇ ਜਾ ਕੇ ਅਗਲੇ ਦਾ ਕੋਈ ਅਸੀਂ ਡੀਜ਼ਲ ਖਰਚਾ ਨਹੀਂ ਲੈਂਦੇ ਕਿਸੇ ਕਿਸਮ ਦਾ ਕੋਈ ਆਪਾਂ ਹੋਰ ਉਹਨਾਂ ਨੂੰ ਆਏ ਨਹੀਂ ਕਹਿੰਦੇ ਵੀ ਸਾਡਾ ਐਂ ਹੋ ਗਿਆ ਜੀ ਸਾਡਾ ਉਹ ਹੋ ਗਿਆ ਜੇ ਕੋਈ ਗੇਅਰ ਦੀ ਪ੍ਰੋਬਲਮ ਹੈ ਕੋਈ ਹੋਰ ਕੈਂਚੀ ਦੀ ਪ੍ਰੋਬਲਮ ਹੈ ਦੇਖੋ ਮਾੜੀ ਮੋਟੀ ਕੋਈ ਡਿਫੈਕਟ ਹੈ ਉਹ ਉੱਥੇ ਅਗਲਾ ਕਰ ਲੈਂਦਾ ਸੈੱਟ ਜੇ ਕੋਈ ਜ਼ਿਆਦਾ ਡਿਫੈਕਟ ਆਉਂਦਾ ਗੇਅਰ 'ਚ ਕੈਂਚੀ 'ਚ ਜਾਂ ਕੋਈ ਚੱਲਣ ਦੇ ਵਿੱਚ ਲੋਡ ਲੈਣ 'ਚ ਜਾਂ ਕਿਸੇ ਡੀਜ਼ਲ ਖਰਚਾ ਵੱਧ ਪਾਉਂਦਾ ਟਰੈਕਟਰ ਕੋਈ ਵੀ ਅਸੀਂ ਆਪ ਜਾ ਕੇ ਉੱਥੇ ਸੈੱਲ ਕਰਦੇ ਜੀ ਸਾਡਾ ਮਸਲਾ ਹਾਂਜੀ ਤੁਹਾਡਾ ਜਿਹੜਾ ਗੇਅਰ ਹੈਗਾ ਤੁਸੀਂ ਇੱਕੋ ਹੀ ਗੇਅਰ ਫਿੱਟ ਕਰਦੇ ਹੋ ਵੱਖ ਵੱਖ ਟਰੈਕਟਰਾਂ ਲਈ ਕਿ ਅਲੱਗ ਅਲੱਗ ਗੇਅਰ ਬਣਾਉਣੇ ਪੈਂਦੇ ਆ ਇਹ ਗੇਅਰ ਸਾਰੇ ਅਲੱਗ ਅਲੱਗ ਬਣਦੇ ਨੇ ਜੀ ਸਾਡੇ ਕੋਲ 15-16 ਤਰ੍ਹਾਂ ਦੀਆਂ ਗਰਾਰੀਆਂ ਨੇ 15-16 ਤਰ੍ਹਾਂ ਦੀਆਂ ਗਰਾਰੀਆਂ ਨੂੰ ਅਸੀਂ ਅੱਡੋ ਅੱਡੀ ਟਰੈਕਟਰ ਦੇ ਹਿਸਾਬ ਨਾਲ ਜਿੱਦਾਂ ਜੌਂਡੀਆ ਟਰੈਕਟਰ ਹੈ ਜਾਂ ਅਰਜਨ ਟਰੈਕਟਰ ਹੈ ਨੋਵੋ ਦਾ ਹੋਰ ਗੇਅਰ ਹੈ ਜੀ ਗਰਾਰੀ ਸੈੱਟ ਹੈ ਅਤੇ ਬਾਡੀ ਸਭ ਦੀ ਸੇਮ ਹੈ ਗਰਾਰੀ ਅੰਦਰਲੀਆਂ ਗਰਾਰੀਆਂ ਦਾ ਫਰਕ ਹੁੰਦਾ ਸ਼ਾਫਟਾਂ ਬੈਰਿੰਗ ਸਭ ਉਹੀ ਹੈ ਜੀ
नोवो का गेयर होर है जी, जिहड़ा सिंपल अर्जन पहला हुंदा सी 555 14 दे टायरां च, उहदा गेयर होर है। ऐ जिहड़ा 16 दे टायरां च है जी, उहदा गेयर होर है। ये दो तीन तरह के गेयर कल्ले अर्जन दी लगदे ने जी। हाँ जी, इसे तरह ही जोंडियर है जी, इसे तरह हॉलैंड है जी। जिहड़ा हॉलैंड चौरस मगराटां वाला पहला हुंदा सी, उहदे गेयर होर है जी। किसी नूं चक्कर वध देने पैंदे ने ट्रैक्टर नूं, किसी नूं घट देने पैंदे ने, उहदे हिसाब नाल असीं टायरां दे हिसाब नाल करदे आ। जिहड़े वीर जिवें हुण 855 है जी, 855 ਦੇ ਵਿੱਚ ਜਿਹੜੇ ਵੀਰਾਂ ਨੇ 21 ਤੋਂ 36 ਟਰੈਕਟਰ ਕਰਾਏ ਹੋਏ ਨੇ, ਉਹ ਟਰੈਕਟਰਾਂ 'ਤੇ ਹੋਰ ਗੇਅਰ ਲੱਗਦੇ ਨੇ ਜੀ, ਹੋਰ ਗਰਾਰੀ ਸੈੱਟ ਪੈਂਦਾ ਜੀ। ਜਿਹੜੇ ਹੁਣ ਨਵੇਂ ਆਉਂਦੇ ਨੇ ਜੀ 16 ਦੇ ਟਾਇਰਾਂ 'ਚ, ਉਹਨਾਂ ਦੇ ਹੋਰ ਗੇਅਰ ਲੱਗਦਾ, ਗਰਾਰੀ ਸੈੱਟ ਲੱਗਦਾ। ਜਿਹੜੇ 14 ਦੇ ਟਾਇਰਾਂ 'ਚ ਨੇ ਉਹਨਾਂ ਦੇ ਹੋਰ ਲੱਗਦਾ ਜੀ। ਅੱਡੋ ਅੱਡੀ ਸਾਰਿਆਂ ਦੇ ਅਸੀਂ ਉਸ ਹਿਸਾਬ ਨਾਲ ਸੈਟਿੰਗ ਕਰਕੇ ਦਿੰਦੇ ਹਾਂ ਜੀ। ਗਰੰਟੀ ਸਾਡੀ ਫੁੱਲ ਹੁੰਦੀ ਹੈ ਜੀ ਗੇਅਰ ਦੀ। ਹਾਂਜੀ ਕਿਸਾਨ ਭਰਾਵੋ, ਇਹ ਕਹਿੰਦੇ ਆ ਜਿਵੇਂ ਬੋਹੜ ਹੁੰਦਾ ਹੈ, ਪੁਰਾਣੇ ਬਾਬੇ ਬੋਹੜ ਉਹ ਨੇ ਇਹ, ਇਹਨਾਂ ਨੇ ਜਿਹੜੇ ਪੁਰਾਣੇ ਟਰੈਕਟਰ ਸੀਗੇ ਜੀ ਟੀ ਕਹਿ ਦਿੰਦੇ ਆਪਾਂ, ਜੀਟਰ 25 ਹੋ ਗਿਆ ਜਾਂ ਇਸ ਤਰ੍ਹਾਂ ਦੇ ਜਿਹੜੇ ਟਰੈਕਟਰ, ਉਹਨਾਂ ਦਾ ਜਿਹੜੀ ਮਸ਼ੀਨਰੀ ਇਹ ਬਣਾਉਂਦੇ ਰਹੇ ਨੇ, ਉਹਨਾਂ ਦੇ ਨਾਲ ਫਿੱਟ ਕਰਕੇ ਚਲਾਉਂਦੇ ਰਹੇ ਨੇ, ਤਜਰਬਾ ਬਹੁਤ ਪੁਰਾਣਾ ਹੈਗਾ। ਇੱਧਰ ਨਾ ਕੁਛ ਕਿਸਾਨ ਵੀਰ ਗਾਹਕ ਵੀ ਆਏ ਹੋਏ ਨੇ, ਆਪਾਂ ਨਾ ਇਹਨਾਂ ਤੋਂ ਵੀ ਕੁਛ ਜਾਣਦੇ ਹਾਂ, ਜਾਣਕਾਰੀ ਲੈਂਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ, ਕਿਹੜਾ ਪਿੰਡ ਆਪਣਾ ਤੋਂ ਤੁਸੀਂ ਕਿਵੇਂ ਆਏ ਹੋ ਅੱਜ ਇੱਥੇ? ਜੀ ਰੀਪਰ ਨਵਾਂ ਜੀ, ਪਹਿਲਾਂ 5-6 ਸਾਲ ਹੋ ਗਏ ਜੀ, 21 'ਤੇ ਜੀ। ਹੁਣ ਅਸੀਂ ਟਰੈਕਟਰ ਬਦਲ ਰਹੇ, ਰੀਪਰ ਨਵਾਂ ਲੈਣਾ ਹੈ ਜੀ, ਉਹ ਪੁਰਾਣਾ ਵਿੱਚ ਦਿੱਤਾ ਜੀ। ਹਾਂਜੀ ਤੁਸੀਂ ਜਿਹੜਾ ਪਹਿਲਾਂ ਰੀਪਰ ਚਲਾਇਆ ਉਹ ਕਿਵੇਂ ਚੱਲਿਆ? ਪੂਰਾ ਸਹੀ ਚੱਲਿਆ ਜੀ, 6-7 ਸੀਜ਼ਨ ਲਾ ਲਏ ਜੀ, ਪੂਰਾ ਕਿਰਾਏ ਦੇ ਕੰਮ ਕਰਦੇ ਹਾਂ ਜੀ ਅਸੀਂ। ਹਾਂਜੀ ਹਾਂ, ਕਿਰਾਏ ਦੇ ਕੰਮ ਕਰਦੇ, ਪੂਰਾ ਸਹੀ ਚੱਲਿਆ ਜੀ, ਤਾਂ ਜੋ ਫਿਰ ਲੈਣਾ ਹੈ ਜੀ ਦੁਬਾਰੇ ਇਹਨਾਂ ਕੋਲ ਜੀ। ਵੀਰ ਜੀ ਆਪਣਾ ਕੀ ਨਾਮ ਹੈ? ਬਲਦੇਵ ਸਿੰਘ ਜੀ। ਬਲਜੀਤ ਸਿੰਘ? ਬਲਦੇਵ ਸਿੰਘ ਜੀ। ਬਲਦੇਵ ਸਿੰਘ, ਤੁਸੀਂ ਵੀ ਰੀਪਰ ਲੈਣ ਆਏ ਹੋ? ਹਾਂਜੀ ਸਰ ਜੀ। ਤੁਸੀਂ ਪਹਿਲੀ ਵਾਰੀ ਰੀਪਰ ਲੈਣਾ ਹੋ ਜਾਂ ਪਹਿਲਾਂ ਵੀ ਲਿਆ? ਅਸੀਂ ਪਹਿਲੀ ਵਾਰ ਲੈ ਕੇ ਆਏ ਜੀ, ਇਹ ਆਪਣੇ ਪਿੰਡ ਦੇ ਨੇ, ਭਰਾ ਨੇ ਜੀ, ਬਹੁਤ ਵਧੀਆ ਇਹਨਾਂ ਰੀਪਰ ਚੱਲਦਾ ਗਾ, ਅਤੇ ਉਹਨਾਂ ਨੂੰ ਦੇਖ ਕੇ ਅਸੀਂ ਨਵਾਂ ਰੀਪਰ ਲੈਣਾ। ਇੱਕ ਗੱਲ ਹੋਰ ਦੱਸਣਾ, ਤੁਸੀਂ ਸੱਚ ਬੋਲਣਾ, ਕਿਉਂਕਿ ਜਿਹੜੇ ਵੀਡੀਓ ਦੇਖ ਰਹੇ ਨੇ ਉਹ ਵੀ ਆਪਣੇ ਕਿਸਾਨ ਭਰਾ ਨੇ। ਕਿਤੇ ਤੁਹਾਨੂੰ ਅਸੀਂ ਜਾਣਬੁੱਝ ਕੇ ਤਾਂ ਨਹੀਂ ਬਿਠਾਇਆ ਵੀ ਇਕੱਠੇ ਕਰ ਲੈਂਦੇ, ਕਈ ਵਾਰੀ ਨਕਲੀ ਗਾਹਕ ਬਣਾ ਕੇ? ਐਡੀ ਦੂਰ ਤਾਂ ਕੀ ਕਰਨਾ ਜੀ, ਅਸੀਂ ਆ ਕੇ ਇੱਥੇ ਹੁਣ ਤੇਲ ਵੀ ਫੂਕ ਕੇ ਆਏ, ਟਰੈਕਟਰ ਲੈ ਕੇ ਆਏਗੇ, ਰੀਪਰ ਲੈਣ ਦੇ ਮਾਰੀ ਆਏ, ਬਾਹਰ ਟਰੈਕਟਰ ਖੜਾ ਗਾ, ਬਾਹਰ ਟਰੈਕਟਰ ਖੜਾ। ਹਾਂਜੀ ਆਪਾਂ ਵੀਰ ਜੀ ਕਿੱਥੋਂ ਆਏ? ਕਰਤਾਰਪੁਰ ਪਾਤੜਾ ਲੱਗੂ। ਪਾਤੜਾ ਲਾ ਗਿਓ? ਹਾਂਜੀ। ਤੁਸੀਂ ਧਨੌਲੇ ਮੰਡੀ ਇੰਨੀ ਦੂਰ ਪਾਤੜਾ ਲੱਗ ਆਏ ਹੋ, ਤੁਹਾਡੇ ਨੇੜੇ ਤੇੜੇ ਵੀ ਰੀਪਰ ਬਣਦੇ ਨੇ, ਇੱਥੇ ਆਉਣ ਦਾ ਕੀ ਕਾਰਨ ਹੈ? ਦੇਖੋ ਜੀ, ਅਸੀਂ ਰੀਪਰ ਬਹੁਤ ਲੱਗੇ, ਯੂਪੀ ਤੱਕ ਚਲਾਏ ਰੀਪਰ ਇਹਨਾਂ ਦੇ, ਅਤੇ ਸਾਡਾ ਕੋਈ ਦਿੱਕਤ ਨਹੀਂ ਆਈ ਕਦੇ ਵੀ। ਇਹਨਾਂ ਸਾਨੂੰ ਇਹ ਕਿਹਾ ਸੀਗਾ ਵੀ ਜੇ ਤੁਹਾਨੂੰ ਕੋਈ ਦਿੱਕਤ ਆਵੇ ਤਾਂ ਅਸੀਂ ਯੂਪੀ ਆ ਕੇ ਗੇਅਰ ਤੁਹਾਡਾ ਬਦਲ ਕੇ ਆਵਾਂਗੇ, ਰੀਪਰ ਤੁਹਾਡੇ ਦਾ ਜੋ ਕੁਛ ਉਹ ਕਰਕੇ ਆਵਾਂਗੇ, ਉਹ ਟੁੱਟ ਫੁੱਟ ਸਭ ਕਰਕੇ ਆਵਾਂ। ਪਰ ਸਾਡੇ ਹੋਈ ਨਹੀਂ ਜੀ ਤੀਜਾ ਟਰੈਕਟਰ ਬਦਲਦਾ ਇਸ ਰੀਪਰ 'ਤੇ ਜੀ, ਸਾਡੇ ਤਾਂ ਬਹੁਤ ਵਧੀਆ ਚੱਲਦਾ ਜੀ। ਵੀਰ ਜੀ ਤੁਸੀਂ ਵੀ ਨਾਲ ਹੀ ਉਹਨਾਂ ਦੇ? ਤੁਸੀਂ ਪਾਤੜਾ ਵੱਲੋਂ? ਪਾਤੜਾ ਤੋਂ ਜੀ। ਕਿਹੜਾ ਤੁਸੀਂ ਦੱਸਿਆ ਪਿੰਡ ਆਪਣਾ ਪਾਤੜਾ ਤੋਂ? ਸਾਡਾ ਪਿੰਡ ਹੈ ਜੀ ਕਰਤਾਰਪੁਰ, ਪਾਤੜਾ ਤੋਂ ਨੇੜੇ 14 ਕਿਲੋਮੀਟਰ ਦੂਰ। ਤੁਸੀਂ ਪਹਿਲਾਂ ਜਿੰਨੇ ਰੀਪਰ ਚਲਾਏ ਨੇ, ਕਿੰਨੇ ਕੁ ਰੀਪਰ ਅੰਦਾਜ਼ਾ ਇੱਥੋਂ ਲੈ ਕੇ ਚਲਾ ਚੁੱਕੇ ਹੋ? ਇੱਥੋਂ ਰੀਪਰ ਤਾਂ ਅਸੀਂ 2 ਲਏ ਸੀਗੇ ਜੀ ਉਸ ਵੇਲੇ, ਇਹ ਹੋ ਗਏ ਤਕਰੀਬਨ 7-8 ਸਾਲ ਪੁਰਾਣਾ ਹੋ ਗਿਆ ਜੀ ਇਹ ਰੀਪਰ, ਅਤੇ ਉਦੋਂ ਦਾ ਇਹੀ ਚੱਲ ਰਿਹਾ ਬਹੁਤ ਵਧੀਆ ਤਰੀਕੇ ਨਾਲ, ਕੋਈ ਪਰੇਸ਼ਾਨੀ ਨਹੀਂ ਕਿਸੇ ਤਰ੍ਹਾਂ ਦੀ। ਇੱਕ ਕਿਸਾਨ ਵੀਰ ਨੇ ਜਿਹੜੇ ਅੱਜ ਆਏ ਹੋਏ ਨੇ, ਕੁਛ ਬਾਹਰ ਵੀ ਕਿਸਾਨ ਵੀਰ ਬੈਠੇ ਨੇ ਜਿਹੜੇ ਗਾਹਕ ਹੈ ਨੇ। ਬਲਜੀਤ ਸਿੰਘ ਜੀ, ਇੱਕ ਰੀਪਰ ਤੋਂ ਇਲਾਵਾ, ਰੀਪਰ ਤਾਂ ਤੁਹਾਡੇ ਮੰਨ ਲਿਆ ਕਾਫੀ ਡਿਮਾਂਡ ਹੈ, ਰੀਪਰ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਖੇਤੀਬਾੜੀ ਦੇ ਸੰਦ ਤਿਆਰ ਕਰਦੇ ਹੋ? ਅਸੀਂ ਸਾਰੇ ਸੰਦ ਹੀ ਤਿਆਰ ਕਰਦੇ ਹਾਂ ਜੀ, ਪਰ ਹੁਣ ਜ਼ਿਆਦਾ ਆਪਣਾ ਸਪੈਸ਼ਲ ਹੈ ਜਿਹੜਾ ਅੱਜ ਕੱਲ੍ਹ ਕੰਮ ਚੱਲਦਾ ਜੀ, ਆਪਣਾ ਟਰਾਲੀ ਦਾ, ਕਲਟੀਵੇਟਰ ਹਲਾਂ ਦਾ ਜੀ, ਹਲਾਂ ਦਾ, ਅਤੇ ਆਪਣਾ ਕਰਚੇ ਰੀਪਰ ਦਾ, ਜਿਹੜਾ ਟਰੈਕਟਰ ਮਗਰ ਆਪਾਂ ਸਮਾਨ ਇੱਧਰ ਉੱਧਰ ਲਿਜਾਣ ਵਾਸਤੇ ਬਣਾਉਂਦੇ ਹਾਂ, ਪਿੰਗਾ ਕਰਾਹ ਵਗੈਰਾ ਸਾਰੀ ਚੀਜ਼ ਹੀ ਬਣਾਉਂਦੇ ਹਾਂ ਜੀ। ਆਪਣੀ ਇਹ ਨਿਊ ਦਸ਼ਮੇਸ਼ ਫਰਮ ਹੈ ਜੀ, 40 ਸਾਲ ਸਾਨੂੰ ਕੰਮ ਕਰਦੇ ਨੂੰ ਹੋ ਗਏ, ਪਹਿਲਾਂ ਤੋਂ ਪੁਰਾਣੀ ਹੈ ਜੀ, ਹੁੰਦੀ ਜੀ ਐਸ ਟੀ ਨੰਬਰ ਸਾਡੇ ਕੋਲ ਹੈਗਾ, ਬਿੱਲ ਪੱਪਾ ਸਾਰਾ ਅਸੀਂ ਦਿੰਦੇ ਹਾਂ ਜੀ। ਉਹ ਕਿਸਾਨ ਵੀਰਾਂ ਨੂੰ ਆਪਾਂ ਕਹਿੰਦੇ ਵੀ ਆਓ ਸਾਡੇ ਕੋਲ ਦੇਖੋ, ਚੈੱਕ ਕਰੋ, ਕੋਈ ਜਿਹੜੇ ਜਿੱਥੇ ਸਾਡੇ ਰੀਪਰ ਗਏ ਨੇ ਉਹਦਾ ਨੰਬਰ ਲੈ ਜਾਓ ਸਾਥੋਂ, ਉਹਨੂੰ ਪੁੱਛ ਲਓ ਵੀ ਕਿਵੇਂ ਚੱਲਦਾ, ਕੀ ਉਹਦੇ 'ਚ ਦਿੱਕਤਾਂ ਨੇ ਸਾਨੂੰ ਦੱਸੋ, ਇਸ ਗੱਲ ਦੀ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ ਜੀ ਵੀ ਕੋਈ ਦਿੱਕਤ ਨਹੀਂ ਆਉਂਦੀ ਤੁਹਾਨੂੰ। ਜੇ ਕੋਈ ਗੱਲਬਾਤ ਹੈ, ਹੋਰ ਵੀ ਕਿਸੇ ਕਿਸਮ ਦਾ ਕੋਈ ਉਹ ਹੈ, ਸੰਦ ਲੈਣਾ, ਜਿਵੇਂ ਟਰਾਲੀ ਵਗੈਰਾ 14 ਫੁੱਟੀ 16 ਫੁੱਟੀ ਸਭ ਬਣਾਉਂਦੇ ਜੀ, ਇੱਥੇ ਲਿਫਟ ਵਾਲੀ ਬਿਨਾਂ ਲਿਫਟ ਵਾਲੀ ਸਭ ਤਿਆਰ ਕਰਦੇ ਜੀ। ਕਿਸਾਨ ਭਰਾਵੋ, ਬਲਜੀਤ ਸਿੰਘ ਨੇ ਧਨੌਲਾ ਮੰਡੀ ਦੇ ਵਿੱਚ ਨਿਊ ਦਸ਼ਮੇਸ਼ ਐਗਰੀਕਲਚਰ ਵਰਕਰਸ ਪੱਠਲਾਂ ਵਾਲੇ ਵੱਸਦੇ ਨੇ ਇਹ, 40 ਸਾਲ ਪੁਰਾਣੀ ਵਰਕਸ਼ਾਪ ਆਪਾਂ ਦੇਖ ਰਹੇ ਹਾਂ, ਰੀਪਰ ਕਾਬਲੇ ਤਾਰੀਫ ਹੈ। ਜਿਹੜੇ ਇਹ ਕਿਸਾਨ ਵੀਰ ਇੱਧਰ ਗਾਹਕ ਆਏ ਹੋਏ ਨੇ ਅੱਜ, ਇਹਨਾਂ ਨੇ ਆਪਾਂ ਨੂੰ ਕੁਛ ਗਵਾਹੀ ਦੇ ਤੌਰ 'ਤੇ ਆਪਾਂ ਜਿਵੇਂ ਕਹਿ ਸਕਦੇ ਹਾਂ, ਇਹਨਾਂ ਨੇ ਵੀ ਆਪਣੇ ਵੱਲੋਂ ਦੱਸਿਆ ਹੈਗਾ, ਕੋਈ ਵੀ ਜ਼ਰੂਰਤ ਪੈਂਦੀ ਆਪਾਂ ਨੂੰ ਰੀਪਰ ਖਰੀਦਣਾ, ਦੇਖਣਾ, ਜਾਣਕਾਰੀ ਲੈਣੀ ਹੈ, ਇਹਨਾਂ ਦਾ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਨੰਬਰ ਦਿੱਤਾ ਹੋਇਆ, ਸਕਰੀਨ ਦੇ ਉੱਪਰ ਵੀ ਇਹਨਾਂ ਦੇ ਨੰਬਰ ਚੱਲ ਰਹੇ ਨੇ,
ਕਦੀ ਵੀ ਜ਼ਰੂਰਤ ਪੈਂਦੀ ਆਪਾਂ ਫੋਨ ਕਾਲ ਕਰਕੇ ਵੀ ਜਾਣਕਾਰੀ ਲੈ ਸਕਦੇ ਹਾਂ ਅਤੇ ਜਾਂ ਧਨੌਲਾ ਮੰਡੀ ਦੇ ਬੱਸ ਅੱਡੇ ਦੇ ਬਿਲਕੁਲ ਨਾਲ ਵਰਕਸ਼ਾਪ ਹੈਗੀ ਇੱਥੇ ਆ ਕੇ ਵੀ ਜਾਣਕਾਰੀ ਲੈ ਸਕਦੇ ਹਾਂ ਅਗਲੇ ਵੀਡੀਓ ਤੱਕ ਦੇ ਉਹ ਆ ਗਿਆ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਲਜੀਤ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਆਸਾਨ ਬਾਈਓ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ